ਰੱਖਣੀ ਥੱਲੇ ਠੀਕ ਹੈ ਜੀ। ਅਗਰ ਕਿਸੇ ਨੇ ਗੁਠਲੀ ਸਾਫ ਨਹੀਂ ਖਾਧੀ ਮੁਕਾਬਲੇ ਚੋਂ ਹਾਰ ਜਾਏਗਾ। ਬਰਾਬਰ ਹੀ ਆ, ਬਰਾਬਰ ਹੀ, ਟੈਨਸ਼ਨ ਨਹੀਂ ਲੈਣੀ। ਤਮਾਮ ਦੋਸਤ ਦੇਖੋ ਜੀ, ਅਗਰ ਤੁਸੀਂ ਸਾਰੇ ਇੰਜੋਏ ਰੱਖਣੀਆਂ, ਜਿਹੜਾ ਦੋਸਤ ਜਾਮਨ ਸਹੀ ਨਹੀਂ ਖਾਏਗਾ ਉਹ ਮੁਕਾਬਲੇ ਤੋਂ ਬਾਹਰ ਹੋ ਜਾਏਗਾ। ਲਓ ਜੀ, ਜਵਾਨ ਲੱਗੇ ਨੇ ਜਾਮਨ ਖਾਣ ਨੂੰ, ਅੱਜ ਇਹਨਾਂ ਦੇ ਪੇਟ ਦੇ ਸਾਰੇ ਕੀੜੇ ਮਰ ਜਾਣੇ ਆ, ਇਹਨਾਂ ਦੀ ਸ਼ੂਗਰ ਸਹੀ ਰਹਿਣੀ ਆ, ਮੋਟਾਪਾ ਜਾਂਦਾ ਰਹਿਣਾ ਇਹਨਾਂ ਦਾ। ਲਓ ਜੀ, ਸਹੀ ਖਾਓ ਜੀ, ਸਹੀ ਗਿਰੀ ਜਾਓ ਜੀ। ਲਓ ਜੀ, ਜਵਾਨ ਲੱਗੇ ਨੇ ਜਾਮਨ ਖਾਣ ਨੂੰ ਜੀ, ਸ਼ਾਬਾਸ਼ ਜੀ ਜਵਾਨਾਂ ਨੂੰ, ਸ਼ਾਬਾਸ਼ ਸ਼ਾਬਾਸ਼। ਹਲਕਾ ਮਿਊਜ਼ਿਕ ਲਓ ਪਿੱਛੇ, ਜਰਾ ਫੇਲ ਜੇ ਮਿਊਜ਼ਿਕ ਵੀ ਲਓ ਪਿੱਛੇ। ਲਓ ਜੀ, ਮੈਨੂੰ ਲੱਗਦਾ ਹੈ ਪੰਜਾਬ ਜਿੱਤੇਗਾ, ਕੇਟੀਕੇ ਜਿੱਤੇਗਾ, ਬਲੂਚਿਸਤਾਨ ਜਿੱਤੇਗਾ, ਕਸ਼ਮੀਰ ਜਿੱਤੇਗਾ। ਕੌਣ ਜਿੱਤੇਗਾ? ਕਸ਼ਮੀਰ ਜਿੱਤੇਗਾ। ਦੇਖ ਰਹੇ ਹਾਂ ਜੀ, ਕਸ਼ਮੀਰ ਕਿਹੜੀ ਸੀ, ਇਹ ਕਸ਼ਮੀਰ ਸੀ। ਲਓ ਜੀ, ਕੌਣ ਕੌਣ ਪੰਜਾਬ ਦੇ ਨਾਲ ਹੈ ਜੀ, ਆਵਾਜ਼ ਆਵੇ ਜੀ। ਨਹੀਂ ਨਹੀਂ, ਇਹ ਗਲਤ ਗੱਲ ਆ, ਇੱਦਾਂ ਦੀ ਗੱਲ ਨਹੀਂ ਕਰਨੀ। ਸਾਰਾ ਪਾਕਿਸਤਾਨ ਹੀ ਸਾਡਾ, ਸਿੰਧੀ ਵੀ ਸਾਡੇ, ਬਲੋਚੀ ਵੀ ਸਾਡੇ, ਕਸ਼ਮੀਰੀ ਵੀ ਸਾਡੇ। ਲਓ ਜੀ, ਪੰਜਾਬ ਕੰਮ ਖਿੱਚ ਰਿਹਾ ਜੀ, ਪੰਜਾਬ ਨੇ ਕੰਮ ਖਿੱਚ ਦਿੱਤਾ ਜੀ। ਪੰਜਾਬ ਪਾਕਿਸਤਾਨ ਦਾ ਸਭ ਤੋਂ ਵੱਡਾ ਸੂਬਾ ਜੀ, ਤੇ ਕੰਮ ਗਿਟਕੋ ਨੀ ਕਾੜਿਆ, ਗਿਟਕੋ ਸਹੀ ਸਾਫ ਕਰਦੇ ਨੇ, ਆਵਾਮ ਨੇ ਫੈਸਲਾ ਕਰਨਾ ਜੀ। ਮਿਊਜ਼ਿਕ ਨੀ ਲਾ ਰਹੇ ਪਿੱਛੇ ਤੁਸੀਂ, ਬੜਾ ਫਾਸਟ ਮਿਊਜ਼ਿਕ ਲਾਓ ਨਾ ਪਿੱਛੇ, ਫਾਸਟ ਮਿਊਜ਼ਿਕ, ਫਾਸਟ ਮਿਊਜ਼ਿਕ। ਲਓ ਵੀ ਜਵਾਨੋ, ਮੁਕਾਬਲਾ ਹੋ ਰਿਹਾ ਜਾਮਨ ਦਾ, ਨੌਜਵਾਨ ਲੱਗੇ ਨੇ ਜਾਮਨ ਖਾਣ ਨੂੰ, ਗਿਟਕਾ ਨਾ ਖਾ ਰਿਹਾ ਜੀ, ਗਿਟਕੋ ਨੀ ਖਾਣਾ ਪੈਦਾ। ਕੀ ਨਾਂ ਜੀ ਤੁਹਾਡਾ? ਬਾਜੀ ਥੱਲੇ ਤੇ ਵੇਖ ਲਓ, ਜ਼ਫਰ ਸਾਹਿਬ। ਮਜ਼ਾ ਆਇਆ ਜੀ, ਕਹਿ ਜਾਓ।